ਹਾਂਜੀ ਸਤਿ ਸ਼੍ਰੀ ਅਕਾਲ, ਸਵਾਗਤ ਕਰਦੀ ਹਾਂ ਆਪਣੇ ਵਲੋਗ ਦੇ ਤੀਸਰੇ ਭਾਗ ਦੇ ਵਿੱਚ ਅਤੇ ਉਹਦਾ ਆਖਰੀ ਪਾਰਟ ਆ। ਅਤੇ ਅੱਜ ਤਾਂ ਆਪਾਂ ਤੁਹਾਡੇ ਲਈ ਸ਼ੇਅਰ ਕਰਾਂਗੇ ਤੌੜੀ ਦੇ ਵਿੱਚ ਆਪਾਂ ਦਾਲ ਬਣਾਵਾਂਗੇ। ਜਿੱਦਾਂ ਹੁਣ ਪਹਿਲੇ ਸਮਿਆਂ ਦੇ ਵਿੱਚ ਤਾਂ ਤੌੜੀ ਹੀ ਵਰਤੀ ਜਾਂਦੀ ਸੀ, ਪਰ ਹੁਣ ਤਾਂ ਅਲੋਪ ਹੀ ਹੋ ਗਈ ਆ, ਕਿਸੇ ਕਿਸੇ ਘਰ ਦੇ ਵਿੱਚ ਵਰਤੀ ਜਾਂਦੀ ਆ। ਅਤੇ ਤੌੜੀ ਦੀ ਬਣੀ ਦਾਲ ਸਬਜ਼ੀ ਸਵਾਦ ਵੀ ਬਹੁਤ ਬਣਦੀ ਆ। ਅਤੇ ਪਲੀਜ਼ ਵਲੋਗ ਨੂੰ ਐਂਡ ਤੱਕ ਦੇਖਿਆ ਕਰੋ ਅਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵਲੋਗ ਕਿੱਦਾਂ ਦਾ ਲੱਗਦਾ, ਅਤੇ ਲਾਈਕ ਸ਼ੇਅਰ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਪਹਿਲਾਂ ਜਿਵੇਂ ਆਪਣੇ ਦਾਦੀਆਂ ਵਗੈਰਾ ਹੁੰਦੇ ਸੀ ਉਹ ਤਾਂ ਤੌੜੀ ਵਿੱਚ ਹੀ ਘਰਦੇ ਆਉਂਦੇ ਸੀ, ਹੁਣ ਤਾਂ ਤੌੜੀ ਅਲੋਪ ਹੀ ਹੋ ਗਈ। ਕੋਈ ਘਰ ਆ ਜੋ ਤੌੜੀ ਦੇ ਵਿੱਚ ਬਣਾਉਂਦੇ ਨੇ ਆਪਣੀ ਦਾਲ ਸਬਜ਼ੀ, ਕਿਉਂਕਿ ਇਹਦੇ ਵਿੱਚ ਬਣੀ ਹੋਈ ਦਾ ਜੋ ਟੇਸਟ ਆ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ, ਵੱਖਰਾ ਹੁੰਦਾ ਆਪਣੇ ਨੋਰਮਲ ਕੁੱਕਰ 'ਤੇ। ਅਸੀਂ ਇਹਦੇ ਵਿੱਚ ਪਾ ਦਾਂਗੇ ਆਪਾਂ ਨਮਕ ਅਤੇ ਦੇਸੀ ਘਿਓ। ਇਹਦੇ ਨਾਲ ਨਾ ਫਿਰ ਜਦ ਆਪਾਂ ਦਾਲ ਧਰਦੇ ਹਾਂ ਬਾਹਰ ਨਹੀਂ ਨਿਕਲਦੀ ਹੈਗੀ। ਤੁਸੀਂ ਇੱਥੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਜਾਂ ਤੁਸੀਂ ਜੋ ਵੀ ਤੁਸੀਂ ਵਰਤਦੇ ਹੋ। ਢੱਕ ਕੇ ਆਪਾਂ ਹੁਣ ਬਾਹਰੇ ਲੈ ਕੇ ਚੱਲਦੇ ਹਾਂ, ਬਾਹਰੇ ਆਪਾਂ ਇਹਨੂੰ ਝੁਰ ਦੇ ਵਿੱਚ ਧਰਾਂਗੇ। ਸ਼ਰਾਬ
ਸਵਾ ਪੰਛਾ ਮੋਰਨੀ ਆ ਗਈਆਂ ਬਾਰੇ ਆਪਣੀ ਦਾਲ ਬਣ ਗਈ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣਾ ਤੜਕਾ ਅਗਲੇ ਕੰਮ ਲੱਗਦੇ ਇੱਧਰ ਨੂੰ ਚਲੇ ਗਏ ਗੇੜਾ ਕੱਢਣ ਸੈਲਫ ਤੇ ਰੋਟੀ ਬੇਲਣੀ ਲੱਗਦੀ ਵਧੀਆ ਲੱਗਦੀ ਹੈ ਬੇਲਣੀ ਇਸ ਕਰਕੇ ਮੈਂ ਸੈਲਫ ਤੇ ਚੰਗੀ ਤਰ੍ਹਾਂ ਸਾਫ ਕਰਕੇ ਇਹਦੀ ਮੈਂ ਬੇਲਦੀ ਹਾਂ ਵੀ ਦੱਸਿਆ ਹੋਇਆ ਕੱਲ੍ਹ ਨੂੰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਦੱਸਿਆ ਹੋਇਆ ਮੈਂ ਦੇਖੋ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੁਸੀਂ ਅੱਜ ਕੀ ਬਣਾਇਆ ਦਾਲ ਸਬਜ਼ੀ ਬਣਾਈ ਹੈ ਮੂੰਗੀ ਤੌੜੀ 'ਚ ਤੌੜੀ ਦੀ ਜੋ ਬਣੀ ਹੁੰਦੀ ਹੈ ਨਾ ਮੂੰਗ ਦੀ ਕੋਈ ਵੀ ਦਾਲ ਸਬਜ਼ੀ ਆ ਜਿੱਦਾਂ ਆਪਾਂ ਕੱਦੂ ਵੀ ਬਣਾਉਂਦੇ ਹਾਂ ਉਹ ਵੀ ਬਹੁਤ ਟੇਸਟੀ ਬਣਦਾ ਤੌੜੀ ਦੇ ਵਿੱਚ ਜਿੱਦਾਂ ਹੁਣ ਪਹਿਲਾਂ ਤਾਂ ਤੌੜੀ ਵਗੈਰਾ ਵੀ ਯੂਜ ਕਰਦੇ ਸੀ ਆਪਣੇ ਜਿਹੜੇ ਹੁਣ ਕੁੱਕਰ ਵਗੈਰਾ ਨੇ ਇਹ ਤਾਂ ਹੁੰਦੇ ਹੀ ਨਹੀਂ ਸੀ ਪਹਿਲਾਂ ਉਦੋਂ ਸਿਹਤਾਂ ਦਾ ਵੀ ਫਰਕ ਹੁੰਦਾ ਸੀ ਆਪਾਂ ਹੁਣ ਜਿੰਨੇ ਉਹ ਸਹੂਲਤਾਂ ਦੇ ਆਦੀ ਹੋਈ ਜਾਂਦੇ ਹਾਂ ਉਨੇ ਹੀ ਆਪਾਂ ਡਾਊਨ ਹੋਈ ਜਾਂਦੇ ਹਾਂ ਉਨੇ ਹੀ ਬਿਮਾਰੀਆਂ ਆਪਾਂ ਫੜੀ ਜਾਂਦੀਆਂ ਆਪਾਂ ਹੁਣ ਰੋਟੀਆਂ ਲਾ ਲਈਆਂ ਕਿਉਂਕਿ ਰੋਟੀਆਂ ਲਾਉਣ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਰੋਟੀ ਰੋਟੀਆਂ ਆਪਣੀਆਂ ਲੈ ਗਈਆਂ ਸਾਰੀਆਂ ਲਾਸਟ ਰੋਟੀ ਆ ਬਸ ਗਰਮੀ ਦੇਖੋ ਕੋਈ ਵੀ ਗਰਮੀ ਵੀ ਆਉਣੀ ਆ ਆਉਣੀ ਚਾਹੀਦੀ ਆ ਸਰੀਰ ਨੂੰ ਵੈਸੇ ਗਰਮੀ ਗਰਮੀ ਚਾਹੀਦੀ ਆ ਨਿਕਲਣੀ ਚਾਹੀਦੀ ਆਪਣੇ ਸਰੀਰ 'ਚ ਗਰਮੀ ਚਲੋ ਜੀ ਇਹ ਵਲੌਗ ਦੀ ਆਪਾਂ
ਇੱਥੇ ਸਮਾਪਤੀ ਕਰਾਂਗੇ ਅਤੇ ਹੋਰ ਨਿਊ ਵਲੋਗ ਲੈ ਕੇ ਆਵਾਂਗੀ। ਉਮੀਦ ਕਰਦੀ ਹਾਂ ਤੁਹਾਨੂੰ ਵਲੋਗ ਪਸੰਦ ਆਇਆ ਹੋਵੇਗਾ। ਪਲੀਜ਼ ਪਸੰਦ ਆਇਆ ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਆਪਣੇ ਕਮੈਂਟ ਵੀ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਮਿਲਦੇ ਹਾਂ ਇੱਕ ਨਿਊ ਵਲੋਗ ਦੇ ਵਿੱਚ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਵਾਚਿੰਗ।